हाँ जी, ਸਤਿ ਸ਼੍ਰੀ ਅਕਾਲ ਜੀ। ਮੈਂ ਮਨੀ ਫਾਰਮ 77 ਤੋਂ, ਤੇ ਅੱਜ ਵੀਰੇ ਆਪਣੇ ਲਵੇ ਆਏ ਨੇ ਗੈਸਟ ਸਮਾਨੀ ਸੀਡ ਕੰਪਨੀ ਤੋਂ, ਤੇ ਮਿਸਟਰ ਆਪਣਾ ਹਰਦੀਪ ਸਿੰਘ ਜੀ ਐਜ਼ ਏ ਮੈਨੇਜਰ ਨੇ ਇਹ ਸਮਾਨੀ ਸੀਡ 'ਚ। ਤੇ ਇਹਨਾਂ ਨੇ 2-4 ਵਾਰੀ ਪ੍ਰੋਗਰਾਮ ਬਣਾਇਆ ਆਪਣੇ ਫਾਰਮ 'ਤੇ ਆਉਣ ਦਾ, ਬਾਈ ਦੱਸ ਰਹੇ ਨੇ ਜਿਵੇਂ ਕਹਿੰਦੇ ਹਰੇਕ ਵਾਰੀ ਕੈਂਸਲ ਹੋ ਜਾਂਦਾ, ਅਤੇ ਅੱਜ ਇਹ ਸਪੈਸ਼ਲੀ ਆਏ ਨੇ ਮਿਲਣ ਵਾਸਤੇ। ਅਤੇ ਸੀਡ ਦੇ ਕੁਛ ਟ੍ਰਾਇਲ ਦੇਣ ਆਏ ਸੀ, ਅਤੇ ਕੁਛ ਅਸੀਂ ਇਹਨਾਂ ਦੇ ਸੀਡ ਵਰਤ ਵੀ ਰਹੇ ਹਾਂ, ਜਿਵੇਂ ਗੋਭੀ ਹੋ ਗਈ ਆਪਣੀ ਰਿਸਰਚ ਵਰਾਇਟੀ ਕੱਤਕੀ, ਅਤੇ ਵੰਡਰ ਰੈੱਡ ਇਹਨਾਂ ਦੀ ਗਾਜਰ ਹੋ ਗਈ, ਅਤੇ ਹੁਣ ਕੁਛ ਨਵੀਆਂ ਵਰਾਇਟੀਆਂ ਬਾਈ ਟ੍ਰਾਇਲ 'ਤੇ ਤੌਰ 'ਤੇ ਦੇ ਕੇ ਜਾਣਗੇ। ਅਤੇ ਕੁਛ ਆਪਣੇ ਲਈ ਇਹ ਗਿਫਟ ਲਿਆਏ ਨੇ, ਜਿਵੇਂ ਕਿ ਆਹ ਟੀ ਸ਼ਰਟ ਵਗੈਰਾ ਹੋ ਗਈਆਂ ਸਮਾਨੀ ਸੀਡ ਤੋਂ, ਕੁਛ ਇਹ ਕੈਲੰਡਰ ਵਗੈਰਾ ਹੋ ਗਏ, ਅਤੇ ਆਪਣਾ ਕੁਛ ਇਹ ਟ੍ਰਾਇਲ ਦੇ ਕੇ ਚੱਲੇ ਨੇ ਮੈਨੂੰ, ਜਿਵੇਂ ਖੁਸ਼ੀ ਹੋ ਗਈ ਹਾਈਬ੍ਰਿਡ ਗੋਭੀ ਹੈ ਇਹ, ਅਤੇ ਆਪਣਾ ਤੇਜ਼ ਹੋ ਗਈ ਇਹ ਬੰਦ ਗੋਭੀ, ਅਤੇ ਨਾਲ ਨਾਲ ਇਹ ਬਾਈ ਗਿਫਟ ਵੀ ਲਿਆਏ ਨੇ, ਜਿਵੇਂ ਆਹ ਸਾਡੇ ਕੱਪ ਦੇਖੇ ਹੋਣੇ ਇਹਨਾਂ ਨੇ ਫਾਰਮ 77 ਦੇ, ਇਹ ਕਹਿੰਦੇ ਇਹਨਾਂ ਨੂੰ ਧਰਨ ਵਾਸਤੇ ਜਿਵੇਂ ਇਹਨਾਂ ਨੇ ਆਹ ਚੀਜ਼ ਦਿੱਤੀ ਹੈ, ਆਹ ਗਿਫਟ ਕਰੀ ਆਪਾਂ ਨੂੰ ਵਧੀਆ, ਜਿਵੇਂ ਆਪਣੇ ਟੀ ਕੋਸਟ ਕਹਿੰਦੇ ਨੇ ਇਹਨਾਂ ਨੂੰ, ਐਂ ਕੱਪ ਧਰਨ ਵਾਸਤੇ ਦੇਖੇ ਹੋਣੇ ਸੋਨੇ। ਅਤੇ ਨਾਲ ਨਾਲ ਇਹਨਾਂ ਦੇ ਇਹਦੀ ਐਡ ਲਾਈ ਹੋਈ ਹੈ ਬਾਈਆਂ ਨੇ ਟਮਾਟਰਾਂ ਦੀ, ਅਤੇ ਉਪਹਾਰ ਦੀ ਵਰਾਇਟੀ ਆਈ ਇਹਨਾਂ ਦੀ ਕੋਈ, ਇੱਕ ਅਨਮੋਲ ਆਈ ਆ, ਇਹਨਾਂ ਦੀ ਵੀ ਟ੍ਰਾਇਲ ਦੇ ਕੇ ਗਏ ਨੇ ਇਹ ਆਪਾਂ ਨੂੰ। ਅਤੇ ਐਵੇਂ ਸਾਰਿਆਂ ਦੇ ਪੇਠਾ, ਗੋਲ ਪੇਠਾ, ਮੂਲੀ, ਆ ਸਾਰੀ ਇੱਕ ਯਾਨੀ ਕਿ ਮਸ਼ਹੂਰੀ ਵੀ ਹੋ ਗਈ ਇੱਕ, ਅਤੇ ਇੱਕ ਆਪਣੇ ਕੱਪ ਰੱਖਣ ਨੂੰ ਵੀ ਚੀਜ਼ ਦੇ ਗਏ ਇਹ, ਬਾਕੀ ਇਹ ਛੱਲੇ ਦੇ ਕੇ ਗਏ ਨੇ। ਅਤੇ ਇਹਨਾਂ ਦੀ ਕੰਪਨੀ ਦਾ ਸਾਰਾ ਲੋਗੋ ਲੱਗਿਆ ਹੋਇਆ ਸਮਾਨੀ ਸੀਡ ਦਾ, ਅਤੇ ਆਹ ਆਪਣੀਆਂ ਕਾਪੀਆਂ ਨੇ, ਨੋਟ ਕਾਪੀਆਂ, ਕੁਛ ਵੀ ਆਪਾਂ ਨੋਟ ਕਰ ਸਕਦੇ ਇਹਨਾਂ 'ਤੇ। ਅਤੇ ਬਾਈਆਂ ਦਾ ਬਹੁਤ ਬਹੁਤ ਧੰਨਵਾਦ, ਇੱਥੇ ਆਏ ਨੇ ਫਾਰਮ 77 ਵੱਲੋਂ, ਇਹਨਾਂ ਨੂੰ ਜੀ ਆਇਆਂ ਆਖਿਆ ਜਾਂਦਾ। ਇਹ ਬਾਈ ਆਪਣੇ ਹਰਦੀਪ ਸਿੰਘ ਜੀ ਐਜ਼ ਏ ਮੈਨੇਜਰ ਆਏ ਨੇ, ਅਤੇ ਫਾਰਮ 77 ਵੱਲੋਂ ਇਹਨਾਂ ਨੂੰ ਜੀ ਆਇਆਂ ਆਖਿਆ ਜਾਂਦਾ, ਅਤੇ ਬਾਈ ਵਿਚਾਰ ਦੇਣਗੇ ਆਪਣੇ ਫਾਰਮ ਬਾਰੇ ਕੁਛ। ਹਾਂਜੀ ਬਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਜੀ ਆਇਆਂ ਨੂੰ ਜੀ ਤੁਹਾਨੂੰ ਥੈਂਕ ਯੂ। ਕਿਵੇਂ ਲੱਗਿਆ ਜੀ ਫਾਰਮ ਆਪਣਾ? ਬਹੁਤ ਵਧੀਆ ਸਰ, ਜਿਸ ਤਰ੍ਹਾਂ ਤੁਸੀਂ ਪਹਿਲਾਂ ਦੱਸ ਚੁੱਕੇ ਸੀ ਕਿ ਮੈਂ 2-4 ਵਾਰੀ ਪ੍ਰੋਗਰਾਮ ਆਇਆ ਬਣਾਉਣ ਦਾ, ਬਣਾਇਆ ਪ੍ਰੋਗਰਾਮ ਆਉਣ ਦਾ, ਬਟ ਇਹ ਹੈ ਕਿ ਪਿਛਲੇ 1 ਮਹੀਨੇ ਮੈਂ ਥੋੜ੍ਹਾ ਫੋਰਨ ਕੰਟਰੀ ਚਲਾ ਗਿਆ ਸੀ, ਉਸ ਰਜੇਵਿਆਂ 'ਚ ਨਹੀਂ ਆਇਆ ਗਿਆ, ਅਤੇ ਅੱਜ ਸਪੈਸ਼ਲੀ ਮੈਂ ਪ੍ਰੋਗਰਾਮ ਬਣਾਇਆ ਆਉਣ ਦਾ, ਬਹੁਤ ਵਧੀਆ ਲੱਗਾ ਮਿਲ ਕੇ। ਸੋ ਦੂਸਰੀ ਗੱਲ ਇਹ ਹੈ ਕਿ ਸੈਟਅਪ ਤੁਹਾਡਾ ਬਹੁਤ ਵਧੀਆ, ਪਿੱਛੇ ਜਿਹੜਾ ਮੈਂ ਤੁਹਾਡਾ ਵੇਖਿਆ, ਤੁਸੀਂ ਗਡਾਊਨ ਬੜਾ ਸੈਪਰੇਟ ਟਾਈਪ ਦਾ, ਪਾਰਕਿੰਗ ਗੱਡੀ ਦੀ ਸੋਹਣੀ, ਜਿਸ ਤਰ੍ਹਾਂ ਤੁਸੀਂ ਦੱਸ ਰਹੇ ਕਿ ਸਟੈਪ ਬਾਏ ਸਟੈਪ, ਸਾਡੇ ਕੋਲ ਜ਼ਮੀਨ ਹੀ ਇੱਦਾਂ ਦੀ ਹੈ ਕਿ ਬਾਰਿਸ਼ ਜਿੰਨੀ ਮਰਜ਼ੀ ਹੋ ਜਾਵੇ ਪਾਣੀ ਇੱਕਦਮ ਸਾਰਾ ਡਰੇਨ ਹੋ ਕੇ ਥੱਲੇ ਚਲੇ ਜਾਂਦਾ, ਪਨੀਰੀ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ। ਤੋ ਮੈਨੂੰ ਬਹੁਤ ਵਧੀਆ ਲੱਗਾ ਸਰ ਮਿਲ ਕੇ, ਪਹਿਲੀ ਵਾਰ ਮੈਂ ਤੁਹਾਡੇ ਦਰਸ਼ਨ ਕੀਤੇ ਆ ਕੇ। ਬਾਕੀ ਸਾਡੇ ਤੁਸੀਂ ਟ੍ਰਾਇਲ ਜਿਸ ਤਰ੍ਹਾਂ ਆਪਾਂ ਤੁਹਾਨੂੰ ਕੁਛ ਦਿੱਤੇ ਆ ਜਾਂ ਕੁਛ ਹੋਰ ਵੀ ਭੇਜਾਂਗੇ, ਤੁਸੀਂ ਚੈੱਕ ਕਰੋ। ਮੈਂ ਸਮਾਨੀ ਸੀਡਜ ਵੱਲੋਂ ਐਜ਼ ਏ ਰੀਜਨਲ ਮੈਨੇਜਰ ਪੰਜਾਬ ਸਟੇਟ ਹਿਮਾਚਲ ਸਟੇਟ ਮੈਂ ਆਪਰੇਟ ਕਰਦਾ, ਦੋ ਮੇਰੇ ਨਾਲ ਸਟਾਫ ਨੇ, ਮੁਹੰਮਦ ਸਾਲਿਮ ਫਰੋਮ ਮਲੇਰਕੋਟਲਾ ਹੈੱਡਕੁਆਟਰ, ਐਂਡ ਮਨਪ੍ਰੀਤ ਸੰਧੂ ਇਹ ਫਰੋਮ ਬਠਿੰਡਾ ਹੈੱਡਕੁਆਟਰ। ਸੋ ਮੇਰੇ ਕੋਲ ਇਸ ਟਾਈਮ ਮਤਲਬ 3-4 ਇੰਪਲਾਈ ਨੇ ਪੰਜਾਬ ਦੇ ਵਿੱਚ, ਇੱਕ ਹਿਮਾਚਲ ਦੇ ਵਿੱਚ ਆ। ਸੋ ਮੈਂ ਇਹਨਾਂ ਨੂੰ ਮਿਲ ਕੇ ਵੀਰ ਜੀ ਭਾਅ ਜੀ ਮਨੀ ਨੂੰ ਫਾਰਮ 77 'ਤੇ ਬਹੁਤ ਵਧੀਆ ਪਹਿਲੇ ਟਾਈਮ ਲੱਗਾ, ਔਰ ਬਹੁਤ ਹੀ ਵਧੀਆ ਇਹਨਾਂ ਤਰੀਕੇ ਦੇ ਨਾਲ ਸੈਟਅਪ ਬਣਾਇਆ। ਸੋ ਹੌਲੀ ਹੌਲੀ ਉਹਨੇ ਫਸਟ ਟਾਈਮ ਮੈਂ ਵਿਜਿਟ ਕੀਤਾ, ਮੈਨੂੰ ਬਹੁਤ ਵਧੀਆ ਲੱਗਾ। ਪਰ ਇਹ ਵੀ ਅੱਗੋਂ ਜਿਸ ਤਰ੍ਹਾਂ ਆਪਣਾ ਇਹ ਪ੍ਰੋਗਰਾਮ ਬਣਦਾ ਰਹੇਗਾ, ਟਾਈਮ ਟੂ ਟਾਈਮ ਇਹਨਾਂ ਦਾ ਮੈਂ ਦਰਸ਼ਨ ਕਰਦੇ ਰਹਾਂਗੇ। ਥੈਂਕ ਯੂ। ਠੀਕ ਹੈ ਜੀ, ਧੰਨਵਾਦ ਜੀ।